ਇਹ ਆਕਾਸ਼ਵਾਣੀ ਜੰਮੂ ਤੋਂ ਤੁਸ ਚੰਦਰਕੰਨ ਸ਼ਰਮਾ ਕੋਲ ਖਬਰਾਂ ਸੁਣੋ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ 'ਚ ਸੁਰੱਖਿਆ ਬਲੇ ਆਤੰਕਵਾਦੀਆਂ ਕਨੇ ਇੱਕ ਟਾਕਰੇ 'ਚ ਦੋ ਆਤੰਕਵਾਦੀਆਂ ਦੀ ਮਾਰੀ ਮਕਾਇਆ ਜਿਸ ਲਈ ਕਿ ਪੰਜ ਸੁਰੱਖਿਆ ਕਰਮੀ ਵੀ ਇਸ ਟਾਕਰੇ 'ਚ ਸ਼ਹੀਦ ਹੋਏ ਗਏ ਨੇ ਸ਼ਹੀਦ ਹੋਣ ਵਾਲੇ ਸੁਰੱਖਿਆ ਕਰਮੀਆਂ 'ਚ ਕਰਨਲ ਆਸ਼ੀਤੋ ਸ਼ਰਮਾ ਮੇਜਰ ਅਨੂਜ ਸੂਦ ਜੰਮੂ ਕਸ਼ਮੀਰ ਪੁਲਿਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਸ਼ਾਮਿਲ ਨੇ ਰੱਖਿਆ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਜੇ ਹੰਦਵਾੜਾ ਦੇ ਸ਼ੰਜਮੂਲਾ ਇਲਾਕੇ 'ਚ ਜਾਰੀ ਇਸ ਟਾਕਰੇ 'ਚ ਦੋ ਆਤੰਕਵਾਦੀ ਮਾਰੇ ਗਏ ਇਹਦੇ ਸ਼ਾ ਪਹਿਲੇ ਕਰਨਲ ਆਸ਼ੂਤੋਸ਼ਨ ਦੀ ਅਗਵਾਈ 'ਚ ਸੁਰੱਖਿਆ ਬਲਾਂ ਦੀ ਟੀਮ ਨੇ ਆਤੰਕਵਾਦੀਆਂ ਦੇ ਚੰਗੁਲ ਸ਼ਾ ਆਮ ਨਾਗਰਿਕਾਂ ਦੀ ਸੁਰੱਖਿਤ ਬਚਾਈ ਲਿਆ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰ ਵੀ ਆਖਿਆ ਜੇ ਜੰਮੂ ਕਸ਼ਮੀਰ ਦੇ ਹੰਦਵਾੜਾ ਥਾਰ ਟਾਕਰੇ 'ਚ ਸਾਡੇ ਸੁਰੱਖਿਆ ਕਰਮੀ ਦੀ ਜਾਨ ਚਲੀ ਜਾਣਾ ਮਤਾ ਬਸੋਸਾਲਾ ਤੇ ਦੁੱਖ ਦੇਣ ਵਾਲਾ ਹੈ ਉਨੇ ਆਖੇ ਜੇ ਆਤੰਗਵਾਦੀਆਂ ਦਾ ਸਾਹਮਣਾ ਕਰਦੇ ਹੋਏ ਇਹਨੇ ਬੜੀ ਮੱਤੀ ਦਲੇਰੀ ਦਸੀ ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਿੰਦੂ ਦਾ ਬਲੀਦਾਨ ਦੇ ਦਿੱਤਾ ਸ਼ਹੀਦਾਂਗੇ ਸ਼ਰਧਾਂਜਲੀ ਦਿੰਦੇ ਹੋਏ ਉਹਨੇ ਹੁੰਦੇ ਪਰਿਵਾਰ ਵਾਲਿਆਂ ਕੰਨੇ ਵੀ ਦਿਲੋਂ ਅਮਰਤੀ ਜਿਤਾਈ ਤਾਂ ਜੰਮੂ ਕਸ਼ਮੀਰ ਪੁਲਿਸ ਦੇ ਮਹਾਨ ਦੇਸ਼ਕ ਦਿਲਬਖ ਸਿੰਘ ਹੋਣੇ ਦੱਸਿਆ ਜੇ ਪੰਜੇ ਸੁਰੱਖਿਆ ਕਰਮੀਏ ਜਿੰਦੇ ਚ ਕਰਨਲ ਆਸ਼ਵਤੋਸ਼ ਸ਼ਰਮਾ ਮੇਜਰ ਅਨਿਸ਼ੂਤ ਜੰਮੂ ਕਸ਼ਮੀਰ ਪੁਲਿਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਸ਼ਾਮਿਲ ਹੈ ਉਹਨੇ ਆਤੰਗਵਾਦੀਆਂ ਕੰਨੇ ਲੜਦੇ ਹੋਏ ਆਪਣੀ ਜਿੰਦੂ ਦਾ ਸਰਵੋੱਚ ਬਲੀਦਾਨ ਦੇ ਦਿੱਤਾ ਉਨੇ ਦੇ ਸੇਜੇ ਸ਼ਾਦ ਅੱਛਾ ਪਹਿਲੇ ਕਰਨਲ ਅਸ਼ੁਤੇਸ਼ ਤੇ ਉੰਦੀ ਦਲੇਰ ਟੀਮ ਨੇ ਆਤੰਗਵਾਦੀਆਂ ਦੇ ਕਬਜ਼ੇ ਸ਼ਾ ਆਮ ਨਾਗਰਿਕਾਂ ਨੂੰ ਸੁਰੱਖਿਤ ਬਚਾਈ ਲਤਾ ਇਸ ਤਰ੍ਹਾਂ ਦੋ ਆਤੰਗਵਾਦੀ ਮਾਰੇ ਗਏ ਕਰੋਨਾ ਯੋਧਾ ਇੰਦਾ ਆਭਾਰ ਵਕਤ ਕਰਨੇ ਲਈ ਅਥਿਆਰ ਬੰਦ ਬਲੇਆਸੇ ਅੱਜ ਦੇਸ਼ਾਂ ਦੇ ਵਕ ਵਕ ਇਸ ਵਿੱਚ ਮਤੇ ਕਾਰਜਕ੍ਰਮ ਲਵਾਈ ਜਰਦਨ ਕਰੋਨਾ ਯੋਧਾ ਜਿੰਦੇ ਚ ਡਾਕਟਰ ਨੀਮ ਡਾਕਟਰੀ ਅਮਲਾ ਸੁਰੱਖਿਆ ਬਲ ਸਫਾਈ ਕਰਮੀ ਆਮਦਨ ਉਹਦਾ ਆਭਾ ਜਤੰਦੀ ਆਵਾਜਾਜੇ ਅੱਜ ਦੇਸ਼ ਦੀ ਰਾਜਧਾਨੀ 'ਚ ਸ਼ਾਨਦਾਰ ਫਲਾਈਪਾਸਟ ਪੇਸ਼ ਕੀਤਾ ਬੜਲੇ ਕੋ 11:00 ਵਜੇ ਫੌਜੀ ਜਹਾਜ ਜੈ ਸੁਖੋਈ 3 ਮਿਗ 29 ਤੇ ਜਗਵਾਰ ਨੇ ਰਾਜਪਥ ਉਪਰ ਡਵਾਰੀ ਭਰੀ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤੋਰੇ ਨੇ ਦੱਸਿਆ ਜੇ ਕਰੋਨਾ ਯੋਧਾ ਇਹ ਕਨੇ ਸੇਨਾ ਦੇ ਇੱਕ ਜੂੜ ਦਾ ਪ੍ਰਦਰਸ਼ਿਤ ਕਰਦੇ ਹੋਈ ਅੱਜ ਸ੍ਰੇਸ਼ਤਰ ਸੇਨਾ ਅਸਿਆ ਕੇ ਕਾਰਕ੍ਰਮ ਲਵਾਇਆ ਜਾਂਦਿਨ। ਇਹਦੀ ਸ਼ੁਰੂਆਤ ਪੁਲਿਸ ਕਰਮੀਆਂ ਦੇ ਗੈਰ ਮਾਮੂਲੀ ਤੇ ਦਲੇਰੀ ਵਾਲੇ ਕੰਮੇ ਦੇ ਪ੍ਰਤੀ ਆਭਾਰ ਵਿਅਕਤ ਕਰਨ ਲਈ ਤਰੋਨੇ ਸੇਨਾ ਦੇ ਪ੍ਰਮੁੱਖ ਅਸਿਆ ਦਿੱਲੀ ਚ ਪੁਲਿਸ ਮਾਰੇ ਕੋ ਉਪਰ ਫੁੱਲ ਮਾਲਾ ਚੜਾਈ ਕੀਤੀ ਗਈ। ਜਨਰਲ ਰਾਵਤੋਰੇ ਆਖਿਆ ਜੇ ਭਾਰਤੀ ਅਵਾਈ ਫੌਜ ਦੇ ਲੜਾਕੂ ਤੇ ਮਾਲਟੋਨੇ ਵਾਲੇ ਜਾਜ ਸੇ ਨਗਰਸ਼ਾ, ਤ੍ਰਿਵਨੰਦਪੁਰਮ ਤੇ ਡਿਬਰੂਗੜ੍ਹ ਸ਼ਾ ਗਾਜਤੋੜੀ ਡਵਾਰੀ ਪਰ ਅਰਦਨ ਅੱਜ ਸੇਨਾ ਤੇ ਨੌ ਸੇਨਾ ਦੇ ਹੈਲੀਕਾਪਟਰ ਮ ਤਾਰੇ ਉਨ੍ਹਾਂ ਅਸਪਤਾਲਾਂ ਉਪਰ ਫੁੱਲਿਆਂ ਦੀ ਵਰਖਾ ਵੀ ਕੀਤੀ ਜਿੱਥੇ ਕੋਵਿਡ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਐਮਬੀ ਇੱਕ ਟਵੀਟ ਵਿੱਚ ਸੈਨਾ ਦੇ ਇਹਨਾਂ ਜਤਨਾਂ ਦੀ ਬੜੀ ਮਾਤਿ ਸراہਨਾ ਕੀਤੀ ਹੈ ਭਾਰਤੀ ਤੱਟ ਰਖਸ਼ਕ ਬਲ ਕੋਵਿਡ 19 ਯੋਧਿਆਂ ਦਾ ਆਭਾਰ ਜਤਾਂਦੀ ਹੋਈ ਪੋਤਿਆਂ ਦੀ ਰੰਗ-ਬਰੰਗੀ ਰੋਸ਼ਨੀ ਕਨੇ ਅੱਜ ਸਿਆ 7:30 ਵਜੇ ਸ਼ਾਮ ਅਧੀ ਰਾਤ ਢੋੜੀ ਸਜਾਗਨ ਕਰਨਗੇ ਤਾਂ ਰੱਖਸ਼ਕ ਬਲੀਆਂ ਸੇ ਕਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਹਸਪਤਾਲਾਂ ਉਪਰ ਫੁੱਲਾਂ ਦੀ ਬਰਖਾ ਵੀ ਕੀਤੀ ਜਾਦੀ ਹੈ ਕਈ ਥਾਵਾਂ ਜਿਵੇਂ ਮੁੰਬਈ, ਜੈਪੁਰ, ਹਦਰਾਬਾਦ, ਪਟਨਾ, ਲਖਨਊ, ਭੋਪਾਲ, ਬੈਂਗਲੋਰੂ, ਗੁਹਾਟੀ, ਕੋਇੰਬਟੂਰ ਇਸ ਚਾਲੀ ਦੇ ਸਮਾਰੋਹ ਲਈ ਜਾਣ ਦੀ ਜਾਣਕਾਰੀ ਲਗਾਤਾਰ ਫਰੜਦੀ ਹੈ ਜੰਮੂ ਤੇ ਸ਼ਿਨਗਰ ਦੇ ਅਲਾਵਾ ਲੇਚ ਵੀ ਇਸ ਚਾਲੀ ਦੇ ਕਾਰਜਕ੍ਰਮ ਲਾਏ ਜਾ ਰਹੇ ਹਨ ਜੰਮੂ ਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਜੰਮੂ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਗਾਂਧੀ ਨਗਰ ਜੰਮੂ ਕਸ਼ਮੀਰ ਪੁਲਿਸ ਅਦਰ ਦਫਤਰ ਗਾਂਧੀ ਨਗਰ ਪੁਲਿਸ ਸਟੇਸ਼ਨ ਬੜੀ ਬ੍ਰੇਮਣਾ ਤੇ EMPLOYEES INSURANCE CORPORATION ਹਸਪਤਾਲ ਬੜੀ ਬ੍ਰੇਮਣਾ ਚ ਇਹ ਸਮਾਰੋਹ ਲਵਾਇਗੇ ਜਿੱਥੇ ਫੌਜੀ ਬੈਂਡ ਆਸਿਆ ਸ਼ਾਨਦਾਰ ਪੇਸ਼ਕਸ਼ ਦੇਣ ਦੇ ਗੱਲ ਨੂੰ ਕਰਨੀ ਕਰੋਨਾ ਯੋਧਾਏ ਨੂੰ ਸਨਮਾਨਿਤ ਵੀ ਕੀਤਾ ਗਿਆ ਮੁਲ ਖਾਜ ਕੋਵਿਡ 19 ਦੇ 2644 ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਉਣੇ ਕੰਨੇ ਇਹਨੇ ਮਾਮਲੇ ਦੀ ਗਿਣਤਰੀ 1939980 ਤੋੜੀ ਪੁੱਜ ਗਈ ਹੈ ਇੰਦੇ ਸ਼ਾ 28046 ਸਕਰੀਏ ਮਾਮਲੇ ਨੇ ਸਿਹਤ ਪਰਵਾਰ ਕਲਨ ਮੰਤਰਾਲੇ ਦਾ ਅਖਣਾ ਜੇ ਇਸ ਲਾਗਾਕਾਰਨ ਮਰੋਣਿਆਂ ਦੀ ਗਿਣਤਰੀ 1301 ਹੋਈ ਗਈ ਹੈ ਤੇ 10633 ਮਰੀਜ਼ਾਂ ਕੀ ਠੀਕ ਹੋਣੇ ਪਰੰਤ ਹਸਪਤਾਲ ਨੇ ਥਮਾ ਛੁੱਟੀ ਦੇ ਦਿੱਤੀ ਗਈ ਹੈ ਸਿਹਤ ਮੰਤਰਾਲੇ ਦਾ ਅਖਣਾ ਜੇ ਕਰੋਨਾ ਵਾਇਰਸ ਜਾਂ ਨਰੋਈ ਉਹਨੇ ਦੇ ਦਰ ਚ ਉਪਰੋਤਲੀ ਬਿਹਤਰੀ ਦਰਜ ਕੀਤੀ ਜਾਦੀ ਹੈ ਤੇ ਪਿਛਲੇ 14 ਦਿਨਾਂ ਚ ਇਹ ਵਧੀਏ 5.65% ਹੋ ਗਈ ਹੈ ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ ਨੇ ਜਾਣਕਾਰੀ ਦਿੱਤੀ ਹੈ ਜੇ ਅਜੇ ਤੋੜੀ 10 ਲੱਖ 46450 ਲੋਕਾਂ ਦੇ ਕੋਵਿਡ-19 ਦੇ ਨਮੂਨੇ ਦੀ ਜਾਂਚ ਕੀਤੀ ਜਾ ਚੁੱਕੀ ਦੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇੜਕਰੋ ਨੇ ਆਖਿਆ ਜੇ ਲਾਕਡਾਊਨ ਦੇ ਤ੍ਰਿਏ ਮرحله ਚ ਕੱਲ 4 ਮਈ ਸਾ ਵਿਵਹਾਰਿਕ ਤੌਰ ਉਪਰ ਤਕਰੀਬਨ ਅੱਧੇ ਦੇਸ਼ ਚ ਕੰਮਕਾਜ ਸ਼ੁਰੂ ਹੋਈ ਜਾਗ ਸ੍ਰੀ ਜਾਵੇੜਕਰੋ ਨੇ ਆਖਿਆ ਜੇ ਲਾਕਡਾਊਨ ਕਰਨ ਨੇ ਅਸੰਗੀ ਕਾਮਯਾਬੀ ਥੋਈ ਹੈ ਤੇ ਕਰੋਨਾ ਮਹਾਮਾਰੀ ਦੀ ਰੋਕਥਾਮ ਚ ਉਹ ਨਿਰਦੇਸ਼ਾਂ ਦੇ ਮੁਕਾਬਲੇ ਭਾਰਤ ਦਾ ਪ੍ਰਦਰਸ਼ਨ ਬਿਹਤਰ ਆਏ ਉਹਨੇ ਆਖਿਆ ਜੇ ਵਿਰੋਧੀ ਤੜਾ ਛੜਾ ਦੋਸ਼ ਲਾਉਣ ਚ ਕੇ ਲੱਗੇਦਾ ਤੇ ਉਹਦੇ ਅੱਛ ਵਿਚਾਰ ਵਿਮਰਸ਼ ਕਰਨੇ ਦਾ ਕੋਈ एजेंडा ਜਾਂ ਮੁੱਦਾ ਨਹੀਂ ਹੈ ਸਕੂਲੀ ਸਿੱਖਿਆ ਮਹਿਕਮਾ ਅਸੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਲਈ ਕੱਲ ਇੱਕ ਕੈਰੀਅਰ ਗਾਈਡਡ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸਕੂਲੀ ਸਿੱਖਿਆ ਮਹਿਕਮੇ ਦੇ ਪ੍ਰਧਾਨ ਸਚਿਵ ਰੇਨਕਲ ਇਸੇ ਸ਼ੁਰੂ ਕਰਨ ਦੇ ਮਗਰਾਂ ਇੱਕ ਬੈਠਕ ਚ ਮਹਿਕਮੇ ਕਨੇ ਜੁੜੇ ਦੇ ਕਈ ਹੋਰ ਮਸਲੇ ਉਪਰ ਸਲਾਹ-ਸੁਤਰ ਕੀਤਾ ਇਸ ਮੌਕੇ ਉਪਰ ਉਹਨੇ ਆਖਿਆ ਜੇ ਇਹ ਪੋਰਟਲ ਪੜਾਈ ਮਗਰਾਂ ਇੱਕ ਖਰਾ ਕੈਰੀਅਰ ਚੁਣਨੇ ਲਈ ਵਿਦਿਆਰਥੀਆਂ ਦੀ ਮਦਦ ਕਰਦਾ ਹੈ ਉਹਨੇ ਦੱਸਿਆ ਜੇ ਸਕੂਲੀ ਸਿੱਖਿਆ ਮਹਿਕਮਾ ਅਸੇ ਇਸ ਚਾਲੀ ਦੀ ਇਹ ਪਹਿਲੀ ਕੋਸ਼ਿਸ਼ ਹੈ ਤੇ ਇਹ ਦੇ ਕਨੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਕੀ ਮਤੀ ਮਦਦ ਹੋਣੇ ਦੀ ਉਮੀਦ ਹੈ ਇਹਦੇ ਇਲਾਵਾ ਇਸ ਪ ਤੰਮ ਤੇ ਆਨੇ ਤੇ ਹੋਰ ਕੋਈ ਜ਼ਰੂਰੀ ਤਰੀਕੇ ਬਾਰੇ ਅਗੇਤਰੇ ਕੇ ਜਾਣਕਾਰੀ ਤੋਈ ਜਾਗ ਸਕੂਲੀ ਸਿੱਖਿਆ ਮਹਿਕਮੇ ਦੇ ਨਿਰਦੇਸ਼ਾਲੇ ਜੰਮੂ ਕਸ਼ਮੀਰ ਸਕੂਲੀ ਸਿੱਖਿਆ ਬੋਰਡ ਤੇ ਸਮਗਰ ਸਿੱਖਿਆ ਅਸਿਆ ਯੂਨੀਸੈਫ ਦੀ ਮਦਦ ਕਰਨੇ ਇਹ ਪੋਰਟਲ ਤਿਆਰ ਕੀਤਾ ਗਿਆ ਹੈ ਡੋਡਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਹੋਰ ਨੇ ਜੰਮੂ ਕਸ਼ਮੀਰ ਦੇ ਬਾਰੇ ਫਸੇ ਦੇ ਪ੍ਰਦੇਸ਼ ਦੇ ਲੋਕਾਂ ਦੀ ਅਪੀਲ ਕੀਤੀ ਹੈ ਜੇ ਉਹ ਕਬਰਨ ਨਹੀਂ ਤੇ ਸਰਬੰਧਿਤ ਅਧਿਕਾਰੀਆਂ ਦੀ ਅਨੁਮਤੀ ਵਿਜਨ ਉਹ ਪਰਤੋਈਏ ਵਾਪਸ ਨਹੀਂ ਆਉਣ ਉਹਨੇ ਦੱਸਿਆ ਜੇ ਬਾਰੇ ਫਸੇ ਦੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਨੇ ਅੱਗੇਗੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਦੇ ਤਾਂ ਜੇ ਇਨੇ ਲੋਕਾਂ ਦੀ ਵਾਪਸੀ ਰਮਾਨਦਾਰੀ ਤੇ ਵਿਵਸਥਾ ਲਈ ਢੰਗੇ ਤਰੀਕੇ ਕਨੇ ਕਰਵਾਈ ਜਾ ਸਕੇ ਇਹਦੇ ਕੰਨੇ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ